ਬਈ ਛੇਤੀ ਕਰੋ, 5:15 ਹੋ ਚੁੱਕੇ ਨੇ, 6 ਵੱਜਣ ਵਾਲੇ ਨੇ, ਕਿਤੇ ਹੋ ਨਾ ਜਾਇਓ ਲੇਟ ਦੋਸਤੋ। ਕੀ ਪਤਾ ਤੁਹਾਡੀ ਇੱਕ ਵੋਟ ਨਾਲ, ਕੀ ਪਤਾ ਤੁਹਾਡੀ ਇੱਕ ਵੋਟ ਨਾਲ ਜਿੱਤ ਜਾਵੇ ਤੁਹਾਡਾ ਪਸੰਦੀਦਾ ਕੈਂਡੀਡੇਟ ਦੋਸਤੋ, ਤੁਹਾਡਾ ਪਸੰਦੀਦਾ ਕੈਂਡੀਡੇਟ ਦੋਸਤੋ। ਸਤਿ ਸ਼੍ਰੀ ਅਕਾਲ, ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ। ਸਾਥੀਓ, 5:15 ਦਾ ਟਾਈਮ ਹੋ ਚੁੱਕਾ, ਅਸੀਂ ਇਸ ਸਮੇਂ ਗੜਸ਼ੰਕਰ ਰੋਡ 'ਤੇ ਮੌਜੂਦ ਹਾਂ। ਪਹਿਲਾਂ ਧੁੱਪ ਬਹੁਤ ਸੀਗੀ, 2-3 ਜਗ੍ਹਾ ਕਵਰੇਜ ਕਰਨ ਤੋਂ ਬਾਅਦ ਮੁੜ ਕੇ ਸਿਰ ਠੰਡਾ ਕਰਨਾ ਪੈ ਗਿਆ, ਜੂਸ ਪੀਣਾ ਪੈ ਗਿਆ। ਇਹਨਾਂ ਸਮਝੋ ਕਿ ਅਸੀਂ ਬੀਅਰ ਪੀ ਕੇ ਆਏ, ਕਿਉਂਕਿ ਬੀਅਰ ਤਾਂ ਮਿਲ ਹੀ ਨਹੀਂ ਰਹੀ। ਤਾਂ ਇਸ ਸਮੇਂ ਗੜਸ਼ੰਕਰ ਰੋਡ 'ਤੇ ਅਸੀਂ ਮੌਜੂਦ ਹਾਂ, ਬੂਥ ਲੱਗੇ ਹੋਏ ਆ ਜੀ ਆਲੇ ਦੁਆਲੇ, ਤੁਹਾਨੂੰ ਦਿਖਾ ਦਿੰਦੇ ਹਾਂ। ਇੱਕ ਬੂਥ ਬਿਲਕੁਲ ਮੇਰੇ ਸਾਹਮਣੇ ਰਾਈਟ ਸਾਈਡ 'ਤੇ ਹੈ, ਇੱਕ ਉਸ ਤੋਂ ਗਾਂ ਹੈ। ਹੌਲੀ ਪ੍ਰਭ ਜੀ, ਇੱਕ ਆਹ ਬੂਥ ਲੱਗਿਆ ਹੋਇਆ ਵੀ ਧੰਨ ਜਿਗਰੇ ਇਹਨਾਂ ਦੇ ਬੂਥ ਵਾਲਿਆਂ ਦੇ। ਦੂਜਾ ਬੂਥ ਆਹ ਲੱਗਿਆ, ਤੀਜਾ ਬੂਥ ਕੋਈ ਛੱਡ ਕੇ ਚਲਾ ਗਿਆ ਖਾਲੀ, ਉੱਥੇ ਇੱਕ ਕੁਰਸੀ ਵੀ ਨਹੀਂ। ਚੌਥਾ ਬੂਥ ਅੱਗੇ ਲੱਗਿਆ, ਹੁਣ ਦਿਖਾ ਦਿੰਦੇ, ਚੱਲ ਬਈ ਗੱਡੀ ਮਾੜ ਜੀ ਤੋਰ ਲਾ ਛੋਟੇ ਵੀਰ। ਔਰ ਮੈਂ ਵੋਟ ਪਾਇਆ ਜੀ ਆਪਣੇ ਪਸੰਦੀਦਾ ਕੈਂਡੀਡੇਟ ਨੂੰ, ਮੈਂ ਵੋਟ ਪਾਇਆ ਆ। ਔਰ 28 ਜਿਹੜੇ ਆ ਕੈਂਡੀਡੇਟ ਇਸ ਵਾਰ ਇਲੈਕਸ਼ਨ ਲੜ ਰਹੇ ਆਪਣੇ ਸ਼੍ਰੀ ਅਨੰਦਪੁਰ ਸਾਹਿਬ ਦੀ, ਸ਼੍ਰੀ ਅਨੰਦਪੁਰ ਸਾਹਿਬ ਹਲਕਾ ਸੀਟ ਤੋਂ। ਔਰ ਆਹ ਬੂਥ 'ਤੇ ਰਸ਼ ਹੈਗਾ ਜੀ, ਅਤੇ ਪਰਮ ਸਿੰਘ ਖਾਲਸਾ ਜੀ ਬੈਠੇ ਆ, ਔਰ ਤਸਵੀਰਾਂ ਤੁਹਾਨੂੰ ਦਿਖਾ ਰਹੇ। ਪਰ ਹੁਣ ਸਭ ਤੋਂ ਇੰਪੋਰਟੈਂਟ ਨਿਊਜ਼ ਤੁਹਾਨੂੰ ਇਹ ਦੱਸਣੀ ਹੈ ਕਿ 3 ਵਜੇ ਤੱਕ ਕਿੰਨੀਆਂ ਵੋਟਾਂ ਪੈ ਚੁੱਕੀਆਂ ਸਨ। ਮੈਮ ਇੱਕ ਵਾਰੀ ਡਿਟੇਲ ਕੱਢ ਦਿਉ ਜੀ, ਤਾਂ ਜੋ ਅਸੀਂ ਆਪਣੀ ਆਡੀਅੰਸ ਨੂੰ ਦੱਸ ਸਕੀਏ। ਔਰ ਸ਼੍ਰੀ ਅਨੰਦਪੁਰ ਸਾਹਿਬ ਹਲਕਾ ਦੀ, ਹਲਕੇ ਦੀ ਗੱਲ ਕਰੀਏ ਤਾਂ ਵੋਟਾਂ 3 ਵਜੇ ਤੱਕ ਕਿੰਨੀਆਂ ਕਾਸਟ ਹੋਈਆਂ ਸਾਡੇ ਕੋਲ ਡਿਟੇਲ ਪਹੁੰਚ ਗਈ ਆ, ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ। 3 ਵਜੇ ਤੱਕ 47.15% ਵੋਟ ਹੀ ਪਈ ਹੈ, ਔਰ 5:15 ਹੋ ਗਏ ਆ, 5 ਵਜੇ ਤੱਕ ਦੀ ਡਿਟੇਲ ਵੀ ਸਾਡੇ ਤੱਕ ਅੱਪੜ ਜਾਣੀ ਬਹੁਤ ਜਲਦੀ, ਅਤੇ 6 ਵਜੇ ਵੋਟਾਂ ਜਿਹੜੀਆਂ ਆ ਉਹ ਖਤਮ ਹੋ ਜਾਣੀਆਂ। ਉਸ ਤੋਂ ਪਹਿਲਾਂ ਤੁਸੀਂ ਆਪਣੀ ਵੋਟ ਨੂੰ ਕਾਸਟ ਕਰ ਸਕਦੇ ਹੋ। ਮੈਂ ਤੁਹਾਨੂੰ ਦੱਸ ਦਿੰਦਾ ਜੀ, ਨਵਾਂ ਸ਼ਹਿਰ ਵਿੱਚ ਜਿਹੜੀ ਵੋਟ ਹੈ ਉਹ ਕਿੰਨੇ ਪਰਸੈਂਟੇਜ ਪੈ ਗਈ ਸੀਗੀ, ਕਿਉਂਕਿ ਰਾਊਂਡ 4 ਹੋ ਗਏ ਆ, ਤਾਂ 3 ਵਜੇ ਤੱਕ ਨਵਾਂ ਸ਼ਹਿਰ 'ਚ 46.23% ਜਿਹੜੀ ਵੋਟ ਪਈ ਸੀਗੀ, ਔਰ ਕਾਫੀ ਘੱਟ ਵੋਟ ਹੈ। ਅਤੇ ਬੰਗਿਆਂ ਵਿੱਚ 47% ਜਿਹੜੀ ਵੋਟ ਉਹ ਪੈ ਚੁੱਕੀ ਸੀਗੀ 3 ਵਜੇ ਤੱਕ, ਰਾਊਂਡ 4 ਸੀਗਾ। ਔਰ ਜੇ ਆਪਾਂ ਗੱਲ ਕਰੀਏ ਬਲਾਚੌਰ ਦੀ, ਬਲਾਚੌਰ ਦੋਨਾਂ ਤੋਂ ਥੋੜ੍ਹਾ ਜਿਹਾ ਅੱਗੇ ਹੈ, ਬਲਾਚੌਰ ਵਿੱਚ 49.31% ਵੋਟ ਪੈ ਚੁੱਕੀ ਹੈ 3 ਵਜੇ ਤੱਕ। ਤਾਂ ਬਲਾਚੌਰ 'ਚ 49.31 ਔਰ ਬੰਗਿਆਂ ਵਿਖੇ 47 ਅਤੇ ਨਵਾਂ ਸ਼ਹਿਰ 'ਚ 46.23% ਹੀ ਵੋਟ ਜਿਹੜੀ 3 ਵਜੇ ਤੱਕ ਕਾਸਟ ਹੋਈ ਸੀਗੀ। ਲੋਕਾਂ ਦਾ ਇੰਟਰਸਟ ਨਹੀਂ ਹੈ, ਮੈਂ ਸਵੇਰੇ ਵੀ ਗੱਲ ਕਰ ਚੁੱਕਾ, ਜੇ ਆਪਾਂ ਗੱਲ ਵੱਲ ਧਿਆਨ ਦੇਈਏ ਜੀ, ਜਿਹੜੀ ਪੋਲੀਟੀਕਲ ਲੋਕਾਂ ਪ੍ਰਤੀ ਆਮ ਪਬਲਿਕ ਦਾ ਥੋੜ੍ਹਾ ਜਿਹਾ ਧਿਆਨ ਘਟਿਆ, ਕਿਉਂਕਿ ਮੁੱਦੇ ਜਿਹੜੇ ਉਹ ਮਨਫੀ ਰਹੇ ਆ ਇਸ ਚੋਣ ਪ੍ਰਚਾਰ ਮੁਹਿੰਮ ਦੌਰਾਨ। ਪਰ ਫਿਰ ਵੀ ਗਰਮੀ ਵੀ ਇੱਕ ਬਹੁਤ ਜ਼ਿਆਦਾ ਆ, 47-48 ਡਿਗਰੀ ਟੈਂਪਰੇਚਰ ਸੀ, ਔਰ ਹੁਣ 5:15 ਥੋੜ੍ਹਾ ਜਿਹਾ ਹਲਕੀ ਜਿਹੀ ਰਾਹਤ ਮਹਿਸੂਸ ਹੋ ਰਹੀ ਹੈ। ਨਹੀਂ ਤਾਂ ਜਦੋਂ ਅਸੀਂ ਦੁਪਹਿਰੇ ਕਵਰੇਜ ਕਰ ਰਹੇ ਸੀਗੇ, 3-4 ਜਗ੍ਹਾ ਕਵਰੇਜ ਕਰਨੀ ਪਈ, ਤਾਂ ਉਸ ਤੋਂ ਬਾਅਦ ਜਦੋਂ 3-4 ਜਗ੍ਹਾ ਕਵਰੇਜ ਕੀਤੀ, ਉਸ ਤੋਂ ਬਾਅਦ ਹਾਲਾਤ ਇਹੋ ਜਿਹੇ ਸੀਗੇ ਕਿ ਜਿਵੇਂ ਸਿਰ ਦੇ ਉੱਤੇ ਹੀਟਰ ਰੱਖਿਆ ਹੋਵੇ। ਤਸਵੀਰਾਂ ਅਸੀਂ ਤੁਹਾਨੂੰ
ਇਸ ਸਮੇਂ ਨਵਾਂ ਸ਼ਹਿਰ ਬੰਗਾ ਰੋਡ ਤੋਂ ਦਿਖਾ ਰਹੇ ਹਾਂ। ਔਰ ਮੈਂ ਫਿਰ ਤੋਂ ਬੇਨਤੀ ਕਰਨੀ ਚਾਹਾਂਗਾ ਸਾਡੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਹਾਲੇ ਤੱਕ ਵੋਟ ਕਾਸਟ ਨਹੀਂ ਕੀਤੀ, ਅਖੀਰਲੇ 45 ਮਿੰਟ ਬਾਕੀ ਨੇ, ਤੁਸੀਂ ਜਾਓ। ਤਕਰੀਬਨ ਅਸੀਂ 2-3 ਜਿਹੜੇ ਬੂਥ ਜਿਸ ਏਰੀਏ 'ਚ ਲੱਗੇ ਪੋਲਿੰਗ ਸਟੇਸ਼ਨ, ਉਹਨਾਂ ਤੋਂ ਪਿੱਛੇ ਜਿਹੜੀ ਗੱਲਬਾਤ ਕਰਕੇ ਆਏ ਹਾਂ ਤਾਂ ਉਹਨਾਂ ਨੇ ਇਹੀ ਕਿਹਾ ਕਿ ਇਸ ਸਮੇਂ ਰਸ਼ ਘੱਟ ਹੈ। ਮੈਂ ਵੀ ਜਦੋਂ ਵੋਟ ਕਾਸਟ ਕਰਕੇ ਆਇਆ 1:15 ਦੇ ਕਰੀਬ, ਤਾਂ ਮੈਨੂੰ ਵੱਧ ਤੋਂ ਵੱਧ 5 ਮਿੰਟ ਲੱਗੇ ਆ। ਤੁਸੀਂ ਜਾ ਕੇ ਆਪਣੀ ਵੋਟ ਜਿਹੜੀ ਆ ਉਹ ਕਾਸਟ ਕਰ ਸਕਦੇ ਹੋ। ਪਰ ਹਾਲੇ ਤੱਕ ਦੇ ਜਿਹੜੇ ਅੰਕੜੇ ਆ ਉਹ ਬਹੁਤ ਘੱਟ ਹੈ ਜੀ। 47.15% ਵੋਟ ਹੀ ਕਾਸਟ ਹੋ ਪਾਈ ਹੈ 3 ਵਜੇ ਤੱਕ। ਇੱਧਰ ਤੁਹਾਨੂੰ ਮੈਂ ਬੂਥ ਦਿਖਾ ਦਿੰਦਾ, ਅਤੇ ਆ ਬੂਥ ਜਿਹੜਾ ਲੱਗਿਆ ਹੋਇਆ ਮੰਗਾ ਰੋਡ ਵਾਲੇ ਪਾਸੇ, ਔਰ ਬੂਥ ਦੇ ਬਿਲਕੁਲ ਨਾਲ ਕਚਰਾ ਕਿੰਨਾ ਆ। ਚਲੋ ਥੋੜ੍ਹੀ ਜਿਹੀ ਗੱਡੀ ਤੋਰ ਲਓ ਜੀ। ਆ BJP ਦਾ ਮੇਰਾ ਖਿਆਲ ਅੱਗੇ ਬੂਥ ਲੱਗਿਆ ਹੋਇਆ, ਨਹੀਂ ਵੈਸੇ ਖੜ੍ਹੇ ਨੇ ਬਾਹਰ ਸਪੋਟਰ ਨੇ ਇਹ, ਕੁਝ ਆਮ ਆਦਮੀ ਪਾਰਟੀ ਅਤੇ ਕੁਝ BJP ਦੇ। ਬੂਥ ਲੱਗਿਆ ਹੋਇਆ ਪਾਰਟੀਆਂ ਦੇ, ਪੋਲੀਟੀਕਲ ਪਾਰਟੀਆਂ ਦੇ ਬੂਥ ਲੱਗੇ ਹੋਏ ਨੇ। ਔਰ ਇਸ ਸਮੇਂ ਦੀ ਜਿਹੜੀ ਨਿਊਜ਼ ਤੁਹਾਡੇ ਨਾਲ ਸਾਂਝੀ, ਲੇਟੈਸਟ ਜਿਹੜੀ ਅਪਡੇਟ ਆਈ ਆ, ਮੈਂ ਇੱਕ ਵਾਰੀ ਗੋ ਥਰੂ ਕਰ ਲਵਾਂ। ਤਦ ਤੱਕ ਵੀ ਜੀ ਤੁਸੀਂ ਮਾੜੀ ਜਿਹੀ ਲੋਕੇਸ਼ਨ ਦਿਖਾ ਦਿਓ। ਡੀਸੀ ਸਾਹਿਬ ਵੱਲੋਂ ਵੀ ਜਿਹੜਾ ਉਪਰਾਲਾ ਕੀਤਾ ਗਿਆ ਰਾਹੋਂ ਵਿਖੇ ਜਾ ਕੇ, ਡੀਸੀ ਸਾਹਿਬ ਵੱਲੋਂ ਆਪਣੀ ਪੂਰੀ ਟੀਮ ਦੇ ਨਾਲ ਜਾ ਕੇ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ, ਘਰ ਘਰ ਤੱਕ ਗੱਲ ਪਹੁੰਚਾਈ ਗਈ ਹੈ, ਦੁਕਾਨਦਾਰਾਂ ਤੱਕ ਗੱਲ ਪਹੁੰਚਾਈ ਗਈ ਹੈ ਕਿ ਉਹ ਵੋਟ ਕਰਨ। ਚਲੋ ਮੰਨਾ ਕਸ਼ਯਪ ਜੀ ਕਹਿੰਦੇ ਨੇ ਕਿ ਜਿਹੜੇ ਲੀਡਰ ਜਿੱਤ ਕੇ, ਜਿਹੜਾ ਵੀ ਲੀਡਰ ਜਿੱਤੇਗਾ, ਜੇਕਰ ਉਹ ਡੰਪ ਦਾ ਮਸਲਾ ਹੱਲ ਕਰ ਦੇਵੇਗਾ, ਜੇਕਰ ਉਹ ਰੇਲਵੇ ਰੋਡ ਬਣਾ ਦੇਗਾ ਤਾਂ 27 'ਚ, ਫਿਰ ਉਹਨਾਂ ਨੂੰ ਬਹੁਤ ਬੈਨੀਫਿਟ ਹੋਣ ਵਾਲਾ। ਇਹ ਤਾਂ ਦੇਖੋ ਹੁਣ 4 ਤਰੀਕ ਨੂੰ ਪਤਾ ਲੱਗੇ ਜਾਣਾ, ਇਹ ਕਿਹੜਾ ਕੋਈ ਬਹੁਤ ਲੰਬੀ ਚੌੜੀ ਗੱਲ ਹੈ, 4 ਤਰੀਕ ਤੱਕ ਚੀਜ਼ਾਂ ਕਲੀਅਰ ਹੋ ਜਾਣੀਆਂ। ਬਟ ਹੋਰ ਬਹੁਤ ਸਾਰੀਆਂ ਇਨਫੋਰਮੇਸ਼ਨ ਸਾਡੇ ਤੱਕ ਪਹੁੰਚੀ ਸੀ, ਜਿਵੇਂ ਕਿ 1-2 ਜਗ੍ਹਾ ਤਾਂ ਖੂਨੀ ਝੜਪਾਂ ਵੀ ਹੋਈਆਂ। ਨਹੀਂ, ਇਸ ਤਰੀਕੇ ਝੜਪ ਹੋਣੀ ਚਾਹੀਦੀ, ਆਪਸੀ ਭਾਈਚਾਰਾ ਤੁਹਾਡਾ ਵਧੀਆ ਰਹਿਣਾ ਚਾਹੀਦਾ, ਔਰ ਵੋਟਾਂ ਕਰਕੇ ਲੜਨਾ ਨਹੀਂ ਚਾਹੀਦਾ, ਕਿਉਂਕਿ ਲੀਡਰ ਤਾਂ ਦੇਖੋ ਬਾਅਦ 'ਚ ਇਕੱਠੇ ਹੋ ਜਾਂਦੇ ਆ, ਅਲਾਇੰਸ ਹੋ ਜਾਂਦੇ ਆ। ਆਮ ਜਨਤਾ ਨੂੰ ਲੜਨਾ ਨਹੀਂ ਚਾਹੀਦਾ, ਲੜ ਕੇ ਵੱਖਰੇਵੇਂ ਨਹੀਂ ਲਿਆਉਣੇ ਚਾਹੀਦੇ। ਔਰ ਦੇਖੋ ਕਿੱਡੀ ਹੈਰਾਨੀ ਵਾਲੀ ਗੱਲ ਹੈ ਕਿ 2017 ਵਿੱਚ ਜਿਨ੍ਹਾਂ ਦੇ ਨਾਮ ਦੀ ਤੂਤੀ ਬੋਲਦੀ ਸੀਗੀ, ਕੈਪਟਨ ਅਮਰਿੰਦਰ ਸਿੰਘ ਹੋ ਗਏ, ਨਵਜੋਤ ਸਿੰਘ ਸਿੱਧੂ ਹੋ ਗਏ, ਉਹ ਇਸ ਚੋਣ ਪਿੰਡ 'ਚ, ਚੋਣ ਅਖਾੜੇ 'ਚ ਗੈਰ ਹਾਜ਼ਰ ਨਜ਼ਰ ਆਏ। ਨਾ ਨਵਜੋਤ ਸਿੱਧੂ ਹੋਣਾ ਦਾ ਇੱਕ ਵੀ ਕੋਈ ਸਟੇਟਮੈਂਟ ਆਈ, ਨਾ ਕੈਪਟਨ ਅਮਰਿੰਦਰ ਸਿੰਘ ਦੀ ਆਈ ਹੈ। ਔਰ ਵਿਵਾਦ ਵੀ ਉਹਨਾਂ ਦਾ ਹੀ ਸੀਗਾ, ਉਹਨਾਂ ਦੇ ਵਿਵਾਦ ਕਰਕੇ ਹੀ ਕਾਂਗਰਸ ਪਾਰਟੀ ਨੇ ਉਦੋਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਉਤਾਰ ਕੇ ਸਾਬਕਾ CM ਚਰਨਜੀਤ ਸਿੰਘ ਚੰਨੀ ਹੋਣਾ ਨੂੰ ਲਿਆਂਦਾ ਸੀ, ਅਤੇ ਇਸ ਚੋਣ ਪਿੰਡ 'ਚੋਂ ਗੈਰ ਹਾਜ਼ਰ ਰਹੇ ਨੇ ਨਵਜੋਤ ਸਿੰਘ ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ। ਤਾਂ ਸਾਰੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੇ ਵੀ ਤਕਰੀਬਨ ਆਪਣੀ ਵੋਟ ਕਾਸਟ ਕਰ ਦਿੱਤੀ ਹੈ, ਅਤੇ ਉਹ ਲੋਕਾਂ ਨੂੰ ਅਪੀਲ ਕਰ ਰਹੇ ਆ ਕਿ ਤੁਸੀਂ ਵੀ ਵੋਟ ਜਿਹੜੀ ਪਾਓ,
ਰੁਚਿਕਾ ਜੀ ਕਹਿ ਰਹੇ ਨੇ ਕਿੰਨੇ ਪਰਸੈਂਟ ਵੋਟ ਹੋਈ, ਮੈਂ ਦੱਸ ਕੇ ਹਟਿਆ ਜੀ 3 ਵਜੇ ਤੱਕ ਜਿਹੜੇ ਅੰਕੜੇ ਸਾਹਮਣੇ ਆਏ ਆ 47.15% 3 ਵਜੇ ਤੱਕ ਪਈ ਹੈ ਟੋਟਲ ਸ਼੍ਰੀ ਅਨੰਦਪੁਰ ਸਾਹਿਬ ਹਲਕੇ 'ਚ, ਔਰ ਨਵਾਂ ਸ਼ਹਿਰ 'ਚ 46.33% ਦੇ ਜਿਹੜੇ ਅੰਕੜੇ ਸਾਡੇ ਤੱਕ ਪਹੁੰਚੇ ਸੀ, ਔਰ ਬੰਗਿਆ ਵਿੱਚ 47% ਅਤੇ ਬਲਾਚੌਰ 'ਚ 49.something, ਮੈਨੂੰ ਹੁਣ ਯਾਦ ਨਹੀਂ 49 ਕਿੰਨੇ ਪਰਸੈਂਟ ਸੀ, ਪਰ 49.something ਜਿਹੜੀ ਉੱਧਰ ਵੀ ਵੋਟ ਕਾਸਟ ਹੋ ਚੁੱਕੀ ਸੀਗੀ। ਬਲਾਚੌਰ ਦੀ ਤੁਹਾਨੂੰ ਮੈਂ ਡਿਟੇਲ ਦੇ ਦਿੰਦਾ ਜੀ, ਬਲਾਚੌਰ 'ਚ 49.31% ਔਰ ਨਵਾਂ ਸ਼ਹਿਰ 'ਚ 46.23% ਅਤੇ ਬੰਗਿਆ ਵਿੱਚ 47% ਵੋਟ ਪੈ ਗਈ ਸੀ। ਸਭ ਤੋਂ ਘੱਟ 3 ਵਜੇ ਤੱਕ ਜਿਹੜੇ ਅੰਕੜੇ ਸਾਹਮਣੇ ਆਏ ਆ ਉਹ ਖਰੜ ਦੇ ਆਏ ਆ, ਜਿੱਥੇ ਖਰੜ 'ਚ ਬਹੁਤ ਘੱਟ ਵੋਟਿੰਗ ਹੋਈ ਹੈ 3 ਵਜੇ ਤੱਕ, ਤੁਹਾਨੂੰ ਵੀ ਅੰਕੜੇ ਦੱਸਣੇ ਬਹੁਤ ਜ਼ਰੂਰੀ ਆ। ਤਾਂ ਖਰੜ ਵਿੱਚ 3 ਵਜੇ ਤੱਕ ਜਿਹੜੀ ਵੋਟ ਆ ਉਹ ਸਿਰਫ 44% ਪਈ ਹੈ, ਰੂਪ ਐਸ ਏ ਐਸ ਨਗਰ 'ਚ 43%। ਤਾਂ ਤੁਸੀਂ ਦੇਖੋ ਕਿੰਨੀ ਗਿਰਾਵਟ ਹੈ, ਮੌਸਮ ਜਿਹੜਾ ਤਪਸ਼ 'ਚ ਗਿਰਾਵਟ ਨਹੀਂ ਹੈ, ਤਪਸ਼ ਵੱਧ ਰਹੀ ਹੈ, ਪਰ ਵੋਟਾਂ ਪੋਲ ਹੋਣ ਵਿੱਚ ਕਾਸਟ ਹੋਣ ਵਿੱਚ ਬਹੁਤ ਗਿਰਾਵਟ ਆਈ ਹੈ। ਰੁਚਿਕਾ ਜੀ ਕਹਿ ਰਹੇ ਨੇ ਲੋਕਾਂ 'ਚ ਉਤਸ਼ਾਹ ਘੱਟ ਲੱਗਦਾ ਮੇ ਬੀ ਗਰਮੀ ਕਰਕੇ ਵੀ ਹੋ ਸਕਦਾ, ਬਾਕੀ ਪੋਲੀਟੀਕਲ ਲੋਕਾਂ ਤੋਂ ਵੀ ਨਾਰਾਜ਼ਗੀ ਹੋ ਸਕਦੀ ਹੈ, ਦੋਏ ਚੀਜ਼ਾਂ ਆ, ਗਰਮੀ ਵੀ ਹੈ। ਔਰ ਜੇ ਆਪਾਂ ਗੱਲ ਕਰੀਏ ਪ੍ਰਸ਼ਾਸਨ ਦੀ ਤਾਂ ਪ੍ਰਸ਼ਾਸਨ ਵੱਲੋਂ ਤਾਂ ਸੁਵਿਧਾਵਾਂ ਜਿਹੜੀਆਂ ਉਹ ਸਾਰੀਆਂ ਉਪਲਬਧ ਕਰਾਉਣ ਦੀ ਪ੍ਰਬੰਧ ਪੁਖਤਾ ਕਰਨ ਦੀ ਕੋਸ਼ਿਸ਼ ਰਹੀ ਹੈ, ਚਾਹੇ ਪੁਲਿਸ ਪ੍ਰਸ਼ਾਸਨ ਹੋਵੇ ਚਾਹੇ ਐਡਮਿਨਿਸਟ੍ਰੇਸ਼ਨ ਹੋਵੇ, ਉਹਨਾਂ ਵੱਲੋਂ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਕਾਫੀ, ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਮਾਡਲ ਬੂਥ ਤਿਆਰ ਕੀਤੇ ਗਏ ਸੀਗੇ। ਮਾਡਲ ਬੂਥ ਨਾਲ ਕੀ ਹੁੰਦਾ ਕਿ ਇੱਕ ਐਨਕਰੇਜਮੈਂਟ ਹੋ ਜਾਂਦੀ ਹੈ ਲੋਕਾਂ ਦੇ ਮਨ ਦੇ ਅੰਦਰ, ਤਾਂ ਜੋ ਜੀ ਤੁਸੀਂ ਆ ਥੋੜ੍ਹੀ ਦੇਰ ਪਬਲਿਕ ਨੂੰ ਮਾੜਾ ਜਿਹਾ ਦਿਖਾਓ, ਤਾਂ ਜੋ ਮੇਰੇ ਕੋਲ ਅੰਕੜੇ ਸੀ, ਮੈਂ ਅੰਕੜੇ ਸਾਂਝੇ ਕਰਨੇ ਚਾਹੁੰਦਾ ਸੀਗਾ, ਐਂਕਰੇਜਮੈਂਟ ਤਾਂ ਜੋ ਲੋਕਾਂ ਵਿੱਚ ਹੋਵੇ। ਲਿਆਓ ਜੀ, ਜਿਹੜੇ ਪੁੱਛ ਰਹੇ ਨੇ ਹੂ ਵਿਲ ਵਿਨ, ਮੈਂ ਬਿਲਕੁਲ ਕੋਈ ਆਈਡੀਆ ਨਹੀਂ ਦੇ ਸਕਦਾ ਜੀ, ਔਰ ਦੱਸ ਦਈਏ ਤੁਹਾਨੂੰ ਕਿ ਜਿਹੜੇ ਵੋਟਰ ਹਨ ਉਹ 4,95,183 ਵੋਟਰ ਹਨ, 615 ਪੋਲਿੰਗ ਬੂਥ ਹਨ ਜ਼ਿਲ੍ਹੇ ਦੇ ਅੰਦਰ, ਔਰ 201 ਪੂਲਿੰਗ ਬੂਥ ਜਿਹੜੇ ਆ ਉਹ ਬੰਗਿਆ ਵਿੱਚ ਆ, 217 ਨਵਾਂ ਸ਼ਹਿਰ 'ਚ, ਬਲਾਚੌਰ 'ਚ 197 ਅਤੇ 170 ਪੋਲਿੰਗ ਬੂਥ ਜਿਹੜੇ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਸਨ, 30 ਮਾਡਲ ਪੋਲਿੰਗ ਬੂਥ ਬਣਾਏ ਗਏ ਸਨ, ਔਰ ਪੋਲੀਟੀਕਲ ਪਾਰਟੀਆਂ ਦੇ ਬੂਥ ਜਿਹੜੇ ਆ ਉਹ ਵੀ ਮੈਂ ਕਈ ਜਗ੍ਹਾ ਗਿਆ, ਉੱਥੇ ਵੀ ਉਹਨਾਂ ਨੇ ਕਾਫੀ ਅਰੇਂਜਮੈਂਟ ਕੀਤੇ ਹੋਏ ਸੀਗੇ। ਰੂਬਲ ਜੀ ਸਾਡੇ ਕੋਲ 3 ਵਜੇ ਤੱਕ ਦੇ ਅੰਕੜੇ ਆ, 5 ਵਜੇ ਤੱਕ ਦੇ ਅੰਕੜੇ ਬਹੁਤ ਜਲਦੀ ਆ ਜਾਣਗੇ, ਉਹ ਵੀ ਸਾਂਝੇ ਕਰ ਦਿਆਂਗੇ, ਪਰ ਸੰਵੇਦਨਸ਼ੀਲ ਬੂਥ ਹੋਣ ਦੇ ਬਾਵਜੂਦ ਵੀ ਹਾਲੇ ਤੱਕ ਕਿਤੇ ਵੀ ਕੋਈ ਆਪਣੇ ਜ਼ਿਲ੍ਹੇ ਵਿੱਚ ਕੋਈ ਮਾੜੀ ਘਟਨਾ ਦੀ ਗੱਲ ਸਾਹਮਣੇ ਨਹੀਂ ਆਈ, ਚੰਗੀ ਗੱਲ ਹੈ। ਔਰ ਚੱਕਦਾਨੇ ਦੀ ਮੈਂ ਤਾਰੀਫ ਕਰਨਾ ਚਾਹੁੰਦਾ, ਚੱਕਦਾਨੇ ਇੱਕੋ ਹੀ ਸਾਂਝਾ ਬੂਥ ਉਹਨਾਂ ਨੇ ਲਗਾਇਆ ਪਿੰਡ ਵਾਲਿਆਂ ਨੇ, ਤਾਂ ਚੱਕਦਾਨੇ ਵਾਲੇ ਦੀ ਤਾਰੀਫ ਹੈ ਜੀ। ਮੈਂ ਵੋਟ ਪਾਇਆ ਹਰਸ਼ ਜੀ, ਮੈਂ ਪਹਿਲਾਂ ਦਿਖਾ ਚੁੱਕਾ ਜੀ, ਆਹ ਦੇਖ ਲਓ, ਮੈਂ ਉਂਗਲੀ ਨਹੀਂ ਕਰਦਾ, ਉਂਗਲੀ ਦਿਖਾ ਰਹੀ ਮੈਂ, ਠੀਕ ਹੈ ਜੀ, ਤੁਸੀਂ ਘੁਮਾ ਲਓ ਗੱਡੀ, ਆਪਾਂ ਲਾਈਵ ਨੂੰ ਬਹੁਤ ਜਲਦੀ ਹੁਣ
ਰੈਪ ਅਪ ਕਰ ਦੇਣਾ ਕਿਉਂਕਿ ਫਿਰ 6 ਵਜੇ ਆਪਾਂ ਪੂਰੀ ਡਿਟੇਲ ਤੁਹਾਨੂੰ ਦੇਵਾਂਗੇ ਕਿ ਟੋਟਲ ਵੋਟ ਕਿੰਨੀ ਕਾਸਟ ਹੋਈ ਆ। ਮੈਨੂੰ ਮੇਰੀ ਜਿਹੜੀ ਮੈਨੂੰ ਉਮੀਦ ਲੱਗਦੀ ਹੈ 50-55 ਦੇ ਨੇੜੇ ਤੱਕ ਸ਼ਾਇਦ ਹੋ ਜੂਗੀ, ਜੋ ਜਿਸ ਹਿਸਾਬ ਨਾਲ ਸਪੀਡ ਹੈ। ਪਰ ਆਪਾਂ ਵੀ ਚਾਹੁੰਦੇ ਹਾਂ ਜੋ ਟੀਚਾ ਪ੍ਰਸ਼ਾਸਨ ਨੇ ਲਿਆ ਉਸ ਤੱਕ ਗੱਲ ਪਹੁੰਚੇ, 75% ਤੱਕ ਪੋਲਿੰਗ ਹੋਵੇ। ਲੇਕਿਨ ਗਰਮੀ ਕਰਕੇ ਅੰਕੜੇ ਜਿਹੜੇ ਸੁੰਗੜੇ ਹੋਏ ਨਜ਼ਰ ਆ ਰਹੇ ਆ, ਵੱਧ ਫੁੱਲ ਨਹੀਂ ਰਹੇ। ਤੁਹਾਡਾ ਕੋਈ ਕਮੈਂਟ ਹੈ ਤਾਂ ਜੀ ਤੁਸੀਂ ਜ਼ਰੂਰ ਕਮੈਂਟ ਕਰ ਸਕਦੇ ਹੋ ਔਰ ਆਪਣੀ ਰਾਏ ਲੈ ਸਕ ਦੱਸ ਸਕਦੇ ਹੋ। ਪਰ 55% ਨਵਾਂਸ਼ਹਿਰ ਤੱਕ ਜਾਵੇਗੀ ਜੀ, ਅਸ਼ੋਕ ਮੈਦਾਨ ਕਹਿ ਰਹੇ ਆ। ਹਾਂਜੀ, ਬਹੁਤ ਘੱਟ ਹੈ ਜੀ, ਵਿਧਾਨ ਸਭਾ ਤੋਂ ਵੀ ਘੱਟ ਜਾਣੀ ਹੈ, ਕਿਉਂਕਿ ਵਿਧਾਨ ਸਭਾ 'ਚ ਇਹਦੇ ਮੁਕਾਬਲੇ ਤਾਂ ਕਾਫੀ ਜ਼ਿਆਦਾ ਸੀ। ਔਰ ਇਹਦੇ ਤੋਂ ਵੀ ਲੋਕਾਂ ਦੀ ਨਿਰਾਸ਼ਾ ਦਾ ਪਤਾ ਲੱਗਦਾ ਕਿ ਲੋਕਾਂ ਦਾ ਇੰਟਰਸਟ ਟੁੱਟਿਆ ਹੋਇਆ। ਔਰ ਸਿਆਸੀ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਮੋਹ, ਇਹ ਤੋਂ ਪਤਾ ਲੱਗਦਾ ਲੋਕਾਂ ਦਾ ਮੋਹ ਭੰਗ ਹੋ ਗਿਆ। ਮਤਲਬ ਜੇ ਤੁਸੀਂ ਜਿਵੇਂ ਕਹਿੰਦੇ ਹੋ ਜੇ 55 ਚਲੋ ਮੰਨ ਕੇ ਚੱਲਦੇ 60% ਵੀ ਪੈ ਜਾਂਦੀ ਹੈ, ਜੇ 40% ਲੋਕ ਵੋਟ ਹੀ ਨਹੀਂ ਪਾਉਂਦੇ ਤਾਂ ਤੁਸੀਂ ਦੇਖੋ ਕਿ ਕਿੰਨਾ ਮੋਹ ਭੰਗ ਹੋ ਗਿਆ। ਔਰ ਸਾਡਾ ਦੇਸ਼ ਜਿਹੜਾ ਹੈ ਉਹ 'ਚ 30 ਤੋਂ ਘੱਟ ਉਮਰ ਵਾਲੇ ਵਧੇਰੇ ਨੇ, ਮਤਲਬ ਯੂਥ ਨੂੰ ਤਾਂ ਮਤਲਬ ਇੰਟਰਸਟ ਹੀ ਨਹੀਂ ਰਿਹਾ। ਜੇ ਆਪਾਂ ਇਹਨਾਂ ਅੰਕੜਿਆਂ ਵੱਲ ਧਿਆਨ ਮਾਰੀਏ, ਪਿੰਡਾਂ ਵਿੱਚ ਹਾਲਾਤ ਸਿਖਾਵੇ ਆ ਜੀ ਪਰਮਜੀਤ ਜੀ, ਲੋਕ ਇਸ ਗੱਲ ਨੂੰ ਹੁਣ ਭਲੀ ਭਾਂਤੀ ਸਮਝ ਗਏ, ਕਿਉਂਕਿ ਦਲ ਬਦਲੀਆਂ ਇੰਨੀਆਂ ਹੋਈਆਂ, ਉਹਨਾਂ ਨੂੰ ਪਤਾ ਲੱਗ ਗਿਆ ਕਿ ਲੀਡਰਾਂ ਨੇ ਤਾਂ ਜਦੀ ਆਪਣੀ ਮਾਂ ਪਾਰਟੀ 'ਚ ਕਦੇ ਘਰ ਵਾਪਸੀ ਕਰ ਲੈਣੀ ਆ, ਕਦੇ ਇੱਕ ਮਾਂ ਨੂੰ ਛੱਡ ਕੇ ਦੂਜੀ ਮਾਂ 'ਚ ਚਲੇ ਜਾਣਾ, ਤਾਂ ਉਹ ਲੋਕ ਕਹਿੰਦੇ ਕਿ ਅਸੀਂ ਲੀਡਰਾਂ ਲਈ ਨਹੀਂ ਹੁਣ ਲੜਨਾ। ਪੋਲੀਟੀਕਲ ਪਾਰਟੀਆਂ ਵੀ ਤੁਹਾਨੂੰ ਪਤਾ ਹੀ ਆ, ਕਹਿ ਦਿੰਦੀਆਂ ਹੁੰਦੀਆਂ ਕਿ ਫਲਾਨਾ ਐ ਆ ਫਲਾਨਾ ਉਹ ਆ, ਪਰ ਜਦੋਂ ਉਹ ਉਹਨਾਂ ਦੀ ਪਾਰਟੀ 'ਚ ਆ ਜਾਵੇ ਫਿਰ ਉਹ ਵਧੀਆ ਹੋ ਜਾਂਦਾ। ਕਿਸੇ ਇੱਕ ਦੀ ਗੱਲ ਨਹੀਂ ਕਰਦੇ, ਸਾਰਿਆਂ ਦੀ ਗੱਲ ਕਰਦੇ ਆ। ਸਾਰੀਆਂ ਪੋਲੀਟੀਕਲ ਪਾਰਟੀਆਂ 'ਚ ਕੁਛ ਇਹੋ ਜਿਹੀ ਇਸ ਵਾਰ ਜਿਹੜੀਆਂ ਸਾਨੂੰ ਚੀਜ਼ਾਂ ਦੇਖਣ ਨੂੰ ਮਿਲੀਆਂ। ਔਰ ਕੋਠੀ ਰੋਡ ਇੱਕ ਵਾਰੀ ਰੈਪ ਅਪ ਕਰਨ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ। ਅਮਨ ਸਿੱਧੂ ਕਹਿੰਦੇ ਹਮਨੇ ਤੋਂ ਪਾ ਨਹੀਂ ਭਾਜੀ, ਪਾਣੀ ਚਾਹੀਦੀ ਹੈ ਜੀ ਅਮਨ ਸਿੱਧੂ ਜੀ। ਦੇਖੋ ਮਨ ਤਾਂ ਕਈ ਵੇਲੇ ਸਾਡਾ ਵੀ ਹੁੰਦਾ ਕਿ ਕੀ ਫਾਇਦਾ ਹੋਣਾ, ਪਰ ਨਹੀਂ, ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜਣਾ ਚਾਹੀਦਾ। ਤੁਹਾਨੂੰ ਪਾਣੀ ਚਾਹੀਦੀ ਹੈ ਵੋਟ, ਚਾਹੇ ਆਪਣੇ ਪਸੰਦੀਦਾ ਨੂੰ ਪਾਓ, ਜੇ ਨਹੀਂ ਪਸੰਦ ਤਾਂ ਤੁਸੀਂ ਨੋਟਾ ਦਾ ਆਪਸ਼ਨ ਵੀ ਹੁੰਦਾ, 28 ਕੈਂਡੀਡੇਟ ਨੇ, ਇੱਕ ਨੋਟਾ ਦਾ ਬਟਨ ਹੈ। ਤਾਂ ਆਹ ਜੀ ਜਿਹੜਾ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਬੂਥ ਆ, ਇਹ ਸਵੇਰ ਤੋਂ ਹੀ ਇੱਥੇ ਰੌਣਕਾਂ ਰਹੀਆਂ, ਕਿਉਂਕਿ ਛਾਂ 'ਚ ਇੱਕ ਬਾਜ਼ਾਰ 'ਚ ਆ, ਅਤੇ ਇੱਥੇ ਰੌਣਕਾਂ ਸਵੇਰ ਤੋਂ ਹੀ ਆ ਸਾਰੇ ਪਾਸੇ। ਔਰ ਰਸ਼ ਇੱਥੇ ਕਾਫੀ ਨਜ਼ਰ ਆ ਰਿਹਾ। ਅਤੇ ਪਿਛਲੀ ਵਾਰ ਅਸੀਂ ਜਦੋਂ ਵਿਧਾਨ ਸਭਾ ਦੇ ਇਲੈਕਸ਼ਨ ਦੀ ਸਾਰੀ ਜਾਣਕਾਰੀ ਤੁਹਾਡੇ ਤੱਕ ਅੱਪੜ ਦੀ ਕੀਤੀ ਸੀਗੀ, ਤਦ ਅਸੀਂ ਉਦੋਂ ਦੱਸਿਆ ਸੀਗਾ, ਇਸੇ ਲੋਕੇਸ਼ਨ ਤੋਂ ਦੱਸਿਆ ਸੀਗਾ ਕਿੰਨੇ ਪਰਸੈਂਟ ਵੋਟ ਕਾਸਟ ਹੋਈ ਹੈ। ਹੁਣ ਬਹੁਤ ਜਲਦੀ ਤੁਹਾਨੂੰ ਲੋਕ ਸਭਾ ਇਲੈਕਸ਼ਨ ਦੀ ਵੀ ਪੂਰੀ ਡਿਟੇਲ ਦੇ ਦਾਂਗੇ ਅਸੀਂ, ਜਿੰਨੀ ਸਾਡੇ ਤੱਕ ਪਹੁੰਚੇਗੀ। ਪਰ ਮੈਂ ਨਾਲ ਦੀ ਨਾਲ ਇਹ ਵੀ ਦੱਸਣਾ ਚਾਹੁੰਦਾ ਕਿ ਕਈ ਪੋਲੀਟੀਕਲ ਪਾਰਟੀਆਂ ਦੇ ਬੂਥ ਵੀ ਨਹੀਂ ਲੱਗੇ, ਉਹ ਕਿਹੜੇ ਨੇ ਉਹ ਵੀ ਆਪਾਂ ਇਲੈਕਸ਼ਨ ਜਦੋਂ ਖਤਮ ਹੋ ਜਾਏਗਾ ਉਸ ਤੋਂ ਬਾਅਦ ਦੱਸਾਂਗੇ, ਕਿਉਂਕਿ ਜੇ ਸਟਾਰਟਿੰਗ 'ਚ ਅਸੀਂ ਨਹੀਂ ਚਾਹੁੰਦੇ ਕੋਈ ਪ੍ਰਭਾਵਿਤ ਹੋਵੇ। ਔਰ ਜਿੰਨੀ ਢੁੱਕਵੀਂ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਉਨੀ ਹੀ ਦੇ ਪਾਵਾਂਗੇ, ਕੋਈ ਐਕਸਟਰਾ ਗੱਲ ਨਹੀਂ, ਕਿਉਂਕਿ ਸਾਡੇ ਸੂਤਰ ਘੱਟ ਹੁੰਦੇ ਆ, ਪਰ ਜਿਹੜੀ ਗੱਲ ਹੁੰਦੀ ਸਾਡੇ ਕੋਲ ਠੋਸ ਹੁੰਦੀ ਹੈ, ਨਹੀਂ ਤਾਂ ਅਸੀਂ ਨਹੀਂ ਕਰਦੇ। ਗੱਡੀਆਂ ਕਈ ਵੇਲੇ ਰੋਂਗ ਸਾਈਡ 'ਤੇ ਲੱਗ ਜਾਂਦੀਆਂ, ਜਿਹਦੇ ਕਰਕੇ ਇੱਥੇ ਬਹੁਤ ਦਿੱਕਤ ਆਉਂਦੀ ਆ। ਮੈਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਦੱਸ ਦਿੰਦਾ, ਜਿਹੜੇ ਨਵੇਂ ਜੁੜੇ ਆ, ਜਿਹੜੇ ਟੋਟਲ ਵੋਟ ਹੈ ਜੀ ਜ਼ਿਲ੍ਹੇ 'ਚ 4,95,183 ਵੋਟ ਹੈ, ਔਰ ਜਿਹਦੇ ਵਿੱਚ ਮੇਲ ਵੋਟਰਸ 2,56,000 ਹਨ,
256,435 ਮਹਿਲਾਵਾਂ ਵੋਟਰ ਜਿਹੜੇ ਆ 238,729 19 ਥਰਡ ਜੈਂਡਰ ਹਨ 18-19 ਸਾਲ ਵਾਲੇ ਜਿਹੜੇ 14,000 ਹਨ ਪੀ ਡਬਲਿਊ ਦੇ ਵੋਟਰਾਂ ਦੀ ਗਿਣਤੀ 5,132 ਹੈ 85 ਸਾਲ ਤੋਂ ਵੱਧ ਉਮਰ ਵਾਲੇ 4,561 ਹਨ ਐਨ ਆਰ ਆਈ ਵੋਟਰ 256 ਹਨ 1,298 ਸਰਵਿਸ ਵੋਟਰ ਹਨ ਔਰ 615 ਪੋਲਿੰਗ ਬੂਥ ਹਨ ਟੋਟਲ 201 ਬੰਗਾ ਵਿੱਚ 217 ਬਲਾਚੌਰ 'ਚ 197 ਪੋਲਿੰਗ ਬੂਥ ਬਲਾਚੌਰ ਵਿੱਚ ਹਨ 217 ਨਵਾਂਸ਼ਹਿਰ 'ਚ ਔਰ 170 ਪੋਲਿੰਗ ਬੂਥ ਜਿਹੜੇ ਆ ਉਹ ਸੰਵੇਦਨਸ਼ੀਲ ਦੱਸੇ ਗਏ ਹਨ ਛੋਟੇ ਛੋਟੇ ਬੱਚੇ ਵੀ ਜਿਹੜੇ ਇਲੈਕਸ਼ਨ ਦਾ ਹਿੱਸਾ ਆ ਛੋਟੇ ਛੋਟੇ ਬੱਚੇ ਵੀ ਇਲੈਕਸ਼ਨ ਵਿੱਚ ਆਪਣੇ ਪਰਿਵਾਰਾਂ ਨਾਲ ਆ ਕੇ ਬੈਠੇ ਆ ਔਰ ਲੀਡਰਾਂ ਨੂੰ ਇਹ ਤਸਵੀਰਾਂ ਯਾਦ ਰੱਖਣੀਆਂ ਚਾਹੀਦੀਆਂ ਚਾਹੇ ਕੋਈ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਪਰ ਇਲੈਕਸ਼ਨ ਵਿੱਚ ਪੋਲਿੰਗ ਵਧੀਆ ਤਰੀਕੇ ਹੋਵੇ ਲੋਕ ਆਪਣੇ ਘਰੋਂ ਆਉਣ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਲੰਟੀਅਰਸ ਆਪਣਾ ਸਹਿਯੋਗ ਦਿੰਦੇ ਆ ਤਾਂ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਆਪਣਾ ਵਲੰਟੀਅਰ ਯਾਦ ਰੱਖਣਾ ਚਾਹੀਦਾ ਔਰ ਚਾਹੇ ਕੋਈ ਕਿਸੇ ਤੁਹਾਡੀ ਆਪਣੀ ਪੋਲੀਟੀਕਲ ਪਾਰਟੀ ਦਾ ਵਲੰਟੀਅਰ ਨਹੀਂ ਹੈ ਕਿਸੇ ਹੋਰ ਪਾਰਟੀ ਦਾ ਤੁਸੀਂ ਉਹਨੂੰ ਵੀ ਸਤਿਕਾਰ ਦਿਓ ਕਿਉਂਕਿ ਜਿਹੜੇ ਵਲੰਟੀਅਰ ਆ ਉਹ ਉਹਨਾਂ ਦੇ ਉਹ ਤਾਂ ਇਸ ਚੀਜ਼ ਲਈ ਸੰਘਰਸ਼ ਕਰਦੇ ਹੁੰਦੇ ਆ ਕਿ ਲੋਕਾਂ ਦੇ ਹਿੱਤ ਲਈ ਫੈਸਲੇ ਹੋਣ ਲੋਕਾਂ ਦੇ ਹਿੱਤ ਲਈ ਜਿਹੜੀਆਂ ਉਹਨਾਂ ਦੀ ਪੋਲੀਟੀਕਲ ਪਾਰਟੀਆਂ ਕੰਮ ਕਰਨ ਤਾਂ ਵਲੰਟੀਅਰਸ ਨਾਲ ਹਮੇਸ਼ਾ ਸਹਾਨੁਭੂਤੀ ਹਮਦਰਦੀ ਉਹਨਾਂ ਨਾਲ ਪਿਆਰ ਬਣਾ ਕੇ ਰੱਖਣਾ ਚਾਹੀਦਾ ਕਿਉਂਕਿ ਵਲੰਟੀਅਰ ਦੀ ਇਹੀ ਸੋਚ ਹੁੰਦੀ ਹੈ ਹਮੇਸ਼ਾ ਕਿ ਸਮਾਜ ਦੇ ਹਿੱਤ ਦਾ ਕੰਮ ਹੋਵੇ ਤਸਵੀਰਾਂ ਤੁਹਾਨੂੰ ਹੁਣ ਅਸੀਂ ਇੱਥੋਂ ਹੀ ਦਿਖਾ ਕੇ ਰੈਪ ਅਪ ਕਰਨ ਲੱਗੇ ਹਾਂ ਅਤੇ ਉਸ ਤੋਂ ਬਾਅਦ ਬਹੁਤ ਜਲਦੀ ਜਿਹੜੀ ਸਾਡੇ ਕੋਲ ਨਵੀਂ ਅਪਡੇਟ ਆਏਗੀ ਉਹ ਤੁਹਾਡੇ ਤੱਕ ਅੱਪੜਦੀ ਕਰ ਦਿਆਂਗੇ ਬਹੁਤ ਬਹੁਤ ਸ਼ੁਕਰੀਆ।